ਖਬਰਦਾਰ ਕਿਉਂਕਿ ਸਵਾਲ ਜ਼ਿੰਦਗੀ ਦਾ ਚ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਤੇ ਸਭ ਤੋਂ ਪਹਿਲਾਂ ਖਬਰ ਲਵਾਂਗੇ ਪਠਾਨਕੋਟ ਤੋਂ ਜਿੱਥੇ ਇੱਕ ਸ਼ੱਕੀ ਬੈਗ ਮਿਲਿਆ ਜੀ ਹਾਂ ਪਠਾਨਕੋਟ ਦੇ ਚੱਕੀ ਪੁਲ ਦੇ ਨੇੜਿਓਂ ਦੀ ਇਹ ਬੈਗ ਮਿਲਿਆ ਤੇ ਭਾਰੀ ਪੁਲਿਸ ਬਲ ਮੌਕੇ ਤੇ ਆਇਆ ਇਲਾਕੇ ਵਿੱਚ ਅਲਰਟ ਐਲਾਨ ਦਿੱਤਾ ਗਿਆ ਬੰਬ ਰੋਕੂ ਦਸਤਾ ਵੀ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਇਸ ਬੈਗ ਨੂੰ ਖੁੱਲ੍ਹੇ ਮੈਦਾਨ ਵਿੱਚ ਲਿਜਾਇਆ ਗਿਆ ਤੇ ਉੱਥੇ ਦੀ ਤਲਾਸ਼ੀ ਲਈ ਜਾ ਰਹੀ ਹੈ ਬੰਬ ਰੋਕੂ ਦਸਤਾ ਵੀ ਮੌਕੇ ਤੇ ਮੌਜੂਦ ਹੈ ਪੁਲਿਸ ਵੀ ਮੌਜੂਦ ਹੈ ਸੋ ਪਠਾਨਕੋਟ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਲਗਾਤਾਰ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਇਸ ਬੈਗ ਨੂੰ ਲੈ ਕੇ ਵੀ ਸੁਰੱਖਿਆ ਏਜੰਸੀਆਂ ਸੰਜੀਦਾ ਪਠਾਨਕੋਟ ਜੰਮੂ ਕਸ਼ਮੀਰ ਸਰਹੱਦ ਤੋਂ ਤਿੰਨ ਹਥਿਆਰਬੰਦ ਨੌਜਵਾਨਾਂ ਵੱਲੋਂ ਖੋਹੀ ਗਈ ਕਾਰ ਬਰਾਮਦ ਕਰ ਲਈ ਗਈ ਹੈ ਦੋ ਦਿਨਾਂ ਬਾਅਦ ਇਹ ਕਾਰ ਗੁਰਦਾਸਪੁਰ ਦੇ ਪਿੰਡ ਪਸਿਆਲ ਤੋਂ ਮਿਲੀ ਹੈ ਫੋਰੈਂਸਿਕ ਟੀਮ ਕਾਰ ਦੀ ਜਾਂਚ ਕਰ ਰਹੀ ਹੈ ਕਾਰ ਖੋਹਣ ਵਾਲੇ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਸੁਜਾਨਪੁਰ ਤੋਂ ਲੁੱਟੀ ਹੋਈ ਗੱਡੀ ਬਰਾਮਦ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਲੁੱਟੀ ਸੀ ਗੱਡੀ ਪਸਿਆਲ ਤੋਂ ਬਰਾਮਦ ਹੋਈ ਗੱਡੀ ਦੋ ਦਿਨਾਂ ਤੋਂ ਗਾਇਬ ਸੀ ਗੱਡੀ ਪੰਜਾਬ ਪੁਲਿਸ ਦੇ ਉੱਡੇ ਸਨ ਹੋਸ਼ ਸੁਰੱਖਿਆ ਏਜੰਸੀਆਂ ਵੀ ਸਨ ਚੌਕਸ PB6S8982 ਗੁਰਦਾਸਪੁਰ ਦੇ ਪਿੰਡ ਪਸਿਆਲ ਤੋਂ ਬਰਾਮਦ ਇਹ ਉਹ ਕਾਰ ਹੈ ਜਿਸ ਨੇ ਪੰਜਾਬ ਪੁਲਿਸ ਦੇ ਨਾਲ ਨਾਲ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾਈ ਹੋਈ ਸੀ ਭਾਵੇਂ ਕਾਰ ਹੁਣ ਬਰਾਮਦ ਕਰ ਲਈ ਗਈ ਹੈ ਪਰ ਇਸ ਕਾਰ ਨੂੰ ਲੁੱਟਣ ਵਾਲੇ ਤਿੰਨ ਹਥਿਆਰਬੰਦ ਨੌਜਵਾਨ ਹਾਲੇ ਵੀ ਪੁਲਿਸ ਲਈ ਬੁਝਾਰਤ ਹੈ ਲਿਹਾਜ਼ਾ ਪੁਲਿਸ ਹਾਲੇ ਵੀ ਹਾਈ ਅਲਰਟ ਤੇ ਹੈ ਪੁਲਿਸ ਹੁਣ ਇਸ ਕਾਰ ਦੀ ਪੂਰੀ ਜਾਂਚ ਵਿੱਚ ਲੱਗੀ ਹੈ ਫੋਰੈਂਸਿਕ ਟੀਮ ਗੱਡੀ ਨੂੰ ਚਾਰੋਂ ਪਾਸਿਓਂ ਦੀ ਖੰਗਾਲ ਰਹੀ ਹੈ ਕਾਰ ਦੀ ਇੱਕ ਇੱਕ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਾਰ ਦੇ ਅੰਦਰ ਅਤੇ ਬਾਹਰ ਇੱਕ ਇੱਕ ਚੀਜ਼ ਨੂੰ ਖੰਗਾਲਿਆ ਜਾ ਰਿਹਾ ਹੈ ਸ਼ਾਇਦ ਕੋਈ ਸਬੂਤ ਮਿਲ ਜਾਏ ਜੋ ਉਹਨਾਂ ਲੋਕਾਂ ਤੱਕ ਪਹੁੰਚਾ ਸਕੇ ਜਿਨ੍ਹਾਂ ਨੇ ਕਾਰ ਲੁੱਟੀ ਸੀ ਪੁਲਿਸ ਨੇ ਭਾਵੇਂ ਕਾਰ ਬਰਾਮਦ ਕਰ ਲਈ ਹੈ ਪਰ ਪੁਲਿਸ ਦਾ ਅਸਲੀ ਨਿਸ਼ਾਨਾ ਉਹ ਲੋਕ ਨੇ ਜਿਨ੍ਹਾਂ ਨੇ ਕਾਰ ਲੁੱਟੀ ਸਭ ਤੋਂ ਵੱਡੀ ਗੱਲ ਆਖਰ ਕਾਰ ਲੁੱਟਣ ਵਾਲੇ ਕੌਣ ਨੇ ਕੀ ਉਹ ਸਿਰਫ ਕਿਸੇ ਲੁਟੇਰਾ ਗੈਂਗ ਦੇ ਮੈਂਬਰ ਸਨ ਜਾਂ ਫਿਰ ਕੋਈ ਖਤਰੇ ਦੀ ਘੰਟੀ ਪੁਲਿਸ ਇਸ ਪੂਰੀ ਵਾਰਦਾਤ ਨੂੰ ਹਲਕੇ ਵਿੱਚ ਇਸ ਲਈ ਵੀ ਨਹੀਂ ਲੈ ਸਕਦੀ ਹੈ ਕਿਉਂਕਿ 1 ਜਨਵਰੀ ਨੂੰ ਪਠਾਨਕੋਟ ਦੇ SP ਸਲਵਿੰਦਰ ਸਿੰਘ ਦੀ ਗੱਡੀ ਵੀ ਖੋਹਣ ਦੀ ਵਾਰਦਾਤ ਨੂੰ ਦਹਿਸ਼ਤਗਰਦਾਂ ਨੇ ਕੁਝ ਇਸੇ ਤਰ੍ਹਾਂ ਨਾਲ ਅੰਜਾਮ ਦਿੱਤਾ ਸੀ ਪਠਾਨਕੋਟ ਪੁਲਿਸ ਨੂੰ ਮੰਗਲਵਾਰ ਨੂੰ ਤਕਰੀਬਨ 5 ਵਜੇ ਇਤਲਾਹ ਮਿਲੀ ਸੀ ਕਿ ਗੌਰਵ ਪਠਾਨੀਆ ਨਾਂ ਦੇ ਸ਼ਖਸ ਕੋਲੋਂ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਬੰਦੂਕ ਦੀ ਨੋਕ ਤੇ ਕਾਰ ਲੁੱਟ ਲਈ ਹੈ ਗੌਰਵ ਪਠਾਨੀਆ ਪਠਾਨਕੋਟ ਜੰਮੂ ਕਸ਼ਮੀਰ ਦੀ ਸਰਹੱਦ ਸੁਜਾਨਪੁਰ ਪਾਣੀ ਪੀਣ ਲਈ ਰੁਕਿਆ ਤਾਂ ਅਚਾਨਕ ਤਿੰਨ ਸ਼ਖਸ ਉਸ ਦੀ ਗੱਡੀ ਵੱਲ ਵਧੇ ਅਤੇ ਇੱਕ ਬੋਤਲ ਵਿਖਾਈ ਜਦੋਂ ਗੌਰਵ ਨੇ ਗੱਡੀ ਦਾ ਸ਼ੀਸ਼ਾ ਥੱਲੇ ਕੀਤਾ ਤਾਂ ਉਹਨਾਂ ਨੇ ਪੈਟਰੋਲ ਪੰਪ ਤੱਕ ਲਿਫਟ ਮੰਗੀ ਜਿਵੇਂ ਹੀ ਗੌਰਵ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਸ਼ਖਸ ਨੇ ਬੰਦੂਕ ਗੌਰਵ ਤੇ ਰੱਖ ਦਿੱਤੀ ਅਤੇ ਉਸ ਨੂੰ ਭੱਜਣ ਲਈ ਕਿਹਾ ਗੱਡੀ ਭਾਵੇਂ 2 ਦਿਨਾਂ ਬਾਅਦ ਬਰਾਮਦ ਕਰ ਲਈ ਗਈ ਹੈ ਪਰ ਇਸ ਦੌਰਾਨ 2 ਦਿਨ ਗੱਡੀ ਕਿੱਥੇ ਗਈ ਇਸ ਦੀ ਵਰਤੋਂ ਕਰਨ ਵਾਲੇ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੁਰੱਖਿਆ ਏਜੰਸੀਆਂ ਨੇ ਪਹਿਲਾਂ ਹੀ ਪੂਰੇ ਮੁਲਕ ਵਿੱਚ ਅਲਰਟ ਜਾਰੀ ਕੀਤਾ ਹੋਇਆ ਅਜਿਹੇ ਵਿੱਚ ਜਦੋਂ ਤੱਕ ਕਾਰ ਨੂੰ ਲੁੱਟਣ ਵਾਲੇ ਫੜੇ ਨਹੀਂ ਜਾਂਦੇ ਲੁੱਟਣ ਦਾ ਮਕਸਦ ਨਹੀਂ ਪਤਾ ਚੱਲਦਾ ਉਦੋਂ ਤੱਕ ਇਸ ਪੂਰੀ ਵਾਰਦਾਤ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਪੁਲਿਸ ਵੀ ਇਹ ਗੱਲ ਜਾਣਦੀ ਹੈ ਇਸ ਲਈ ਪੂਰੇ ਇਲਾਕੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਅਜੇ ਮਹਾਜਨ ਜ਼ੀ ਮੀਡੀਆ ਗੁਰਦਾਸਪੁਰ ਮਾਮਲਾ ਸੰਜੀਦਾ ਹੈ ਦੇਸ਼ ਦੀ ਸੁਰੱਖਿਆ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਇਸ ਮਾਮਲੇ ਨੂੰ ਇਸੇ ਲਈ ਸੁਰੱਖਿਆ ਏਜੰਸੀਆਂ ਮੁਸਤੈਦ ਨੇ ਉਧਰ ਮੁੰਬਈ ਦੀ ਅਦਾਲਤ ਵਿੱਚ 6ਵੇਂ ਦਿਨ ਜਦੋਂ ਮੁੰਬਈ ਹਮਲੇ ਦੇ ਦੋਸ਼ੀ ਹੈਡਲੀ ਨੇ ਖੁਲਾਸੇ ਕਰਨ ਦੀ ਸ਼ੁਰੂਆਤ ਕੀਤੀ ਤਾਂ ਇੱਕ ਵਾਰ ਮੁੜ ਤੋਂ ਬੇਨਕਾਬ ਹੋ ਗਿਆ ਪਾਕਿਸਤਾਨ 26/11 ਹਮਲੇ ਦੇ ਮੁਲਜ਼ਮ ਹੈਡਲੀ ਨੇ ਮੁੰਬਈ ਦੀ ਸੈਸ਼ਨ ਅਦਾਲਤ ਵਿੱਚ ਵੱਡਾ ਖੁਲਾਸਾ ਕੀਤਾ ਸਪੈਸ਼ਲ ਅਦਾਲਤ ਵਿੱਚ ਕ੍ਰਾਸ ਐਗਜ਼ਾਮੀਨੇਸ਼ਨ ਦੇ ਦੌਰਾਨ ਡੇਵਿਡ ਕੋਲਮੈਨ ਹੈਡਲੀ ਨੇ 26/11 ਹਮਲੇ ਨੂੰ ਗਲਤ ਦੱਸਿਆ ਕਿਹਾ ਕਸਾਬ ਅੱਛਾ ਸੀ ਜਾਂ ਬੁਰਾ ਨਹੀਂ ਜਾਣਦਾ ਪਰ ਉਸਨੇ ਜੋ ਕੀਤਾ ਗਲਤ ਕੀਤਾ ਹੈਡਲੀ ਨੇ ਖੁਲਾਸਾ ਕੀਤਾ ਕਿ 26/11 ਮੁੰਬਈ ਹਮਲੇ ਦੇ ਲਈ ISI ਨੇ ਫੰਡਿੰਗ ਕੀਤੀ ਸੀ 26/11 ਕਾ ਹਮਲੇ ਕੇ ਲਈ ਜੋ ਵੀ ਪੈਸਾ ਮਿਲਾ ਥਾ ਉਸਕੋ ਪੈਸੇ ਕੋ ISI ਨੇ ਮੁਝੇ ਦਿਆ ਥਾ ਇਹ ਬਾਤ ਉਸਨੇ ਸਾਫ ਸਾਫ ਕਹੀ ਹੈਡਲੀ ਨੇ ਇਹ ਕਬੂਲ ਕੀਆ ਹੈ ਕਿ ਜਿਸ ਇਲਾਕੇ ਕਾ ਪਾਕਿਸਤਾਨ ਕਾ ਰਹਿਨੇ ਵਾਲਾ ਹੈ ਵਹਾਂ ਉਸ ਪ੍ਰੋਵਿੰਸ ਮੇ ਪੰਜਾਬੀ ਬੋਲੀ ਜਾਤੀ ਹੈ ਉਸੇ ਪੰਜਾਬੀ ਆਤੀ ਹੈ ਬਚਾਅ ਪੱਖ ਦੇ ਇੱਕ ਸਵਾਲ ਵਿੱਚ ਹੈਡਲੀ ਨੇ ਕਿਹਾ ਕਿ ਲਸ਼ਕਰੇ ਤੈਬਾ ਨੇ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੂੰ ਇੱਕ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਹੈਡਲੀ ਨੇ ਖੁਲਾਸਾ ਕੀਤਾ ਕਿ ਉਸਨੇ ਲਸ਼ਕਰ ਦੀ 60 ਤੋਂ 70 ਲੱਖ ਰੁਪਏ ਦੀ ਦਾਨ ਦੇ ਕੇ ਮਦਦ ਕੀਤੀ ਸੀ ਇਸ ਤੋਂ ਇਲਾਵਾ ਅਲਕਾਇਦਾ ਦੇ ਹੁਕਮ ਤੇ 26/11 ਹਮਲੇ ਤੋਂ ਬਾਅਦ ਦੁਬਾਰਾ ਭਾਰਤ ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ ਸਾਜਿਦ ਮੀਰ ਦੇ ਕਹਿਣ ਤੇ 2 ਵਾਰ ਸ਼ਿਵ ਸੈਨਾ ਭਵਨ ਦੀ ਰੇਖੀ ਕੀਤੀ ਸੀ ਬਾਲ ਠਾਕਰੇ ਦਾ ਕਤਲ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੋ ਬਾਅਦ ਵਿੱਚ ਭੱਜ ਗਿਆ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ ਜ਼ਮੀਨ ਦੇ ਇੱਕ ਟੁਕੜੇ ਲਈ ਕਤਲ ਤੇ ਉਹ ਵੀ ਆਪਣਿਆਂ ਦਾ ਹੀ ਜੀ ਹਾਂ ਲਾਲਚ ਚੰਨੇ ਹੋਏ ਕੁਝ ਲੋਕਾਂ ਨੇ 4 ਸਕੇ ਭਰਾਵਾਂ ਨੂੰ ਨਿਸ਼ਾਨਾ ਬਣਾਇਆ ਹਸਪਤਾਲ 'ਚ ਗੰਭੀਰ ਹਾਲਤ 'ਚ ਪਏ ਇਹਨਾਂ ਲੋਕਾਂ ਦਾ ਹਾਲ ਹੋਇਆ ਜ਼ਮੀਨ ਦੇ ਇੱਕ ਟੁਕੜੇ ਲਈ
वारदात फिरोजपुर के कस्बा मंदोड़ की है जिथे बदमाशा ने चार सके भरावां ते जानलेवा हमला किया। मुलजमान ने अन्नेवा गोलियां चलाईया जिस तक नौजवान दर्शन की मौके पर ही मौत हो गई जदों की तिना की हालत गंभीर है। परिवार के मुताबिक उन्होंने अपने कुछ रिश्तेदारों प्लाट को लेकर झगड़ा चल रहा है। मामला अदालत विचाराधीन है पर मुलजमान ने बदला लैण दे लई इस वारदात को अंजाम दिता। झगड़ा चलता पे काफ़ी देर तो इन्हों का अदालत में केस भी चलता पे जमानत से बाहर आए हो गए 6 महीने साल आए हूँ अचानक ही दुकान पर बैठे से कितने मौका देख के उन्होंने आके सोहन गोलियां मारती एक मुंडे के मौके पर डैथ हो गई है एक इतने गोली लगी है एक इतने तो दूसरा मुंडा जो है दर्शन की डैथ हो गई है दूसरा मुंडा बलविंदर है उन्हें एक पैर से गोली बजी है एक पेट से बजी है। पुलिस ने मौका वारदात का मुआयना कर मामला दर्ज कर लिया पर अजे तक मुलजम पुलिस की गिरफ्त चो बाहर ने। कोई दो पार्टियां दा आस विच प्लाट दा किसे दा रौला सीगा जिहड़ा झगड़ा होया वो इनफॉर्मेशन मिलन ते मैं हॉस्पिटल आया इत्थे पता लग्या भी एक बंदे दी मौत हो गई है 3 जख्मी है दूजी पार्टी बारे भी उत्थे जाके मौके ते जाके पता लगेगा भी की लड़ाई झगड़ा होया इन्हां दे किसे प्लाट दा कोई रंजिश दसदे आ अजे इनवेस्टिगेशन जारी है बाकी बाद च की। एको ही परिवार के चार मैंबरां ते जानलेवा हमला ते कतल तो बाद इलाके की दहशत है। पुलिस मुलजमां की तलाश कर रही है देर सवेर मुलजम भी पुलिस की गिरफ्त च होणगे पर सवाल तो यह है कि आखिर क्यों लोग लालच अगे अपनों का ही खून महाउण तो नहीं घबराउंदे। गुरदर्शन सिंह जी मीडिया फिरोजपुर। खुलासा लुधियाना तो करांगे जिथे पुलिस ने कबड्डी कोच नू नशे की समगलिंग के इल्जाम च गिरफ्तार किया है। मुलजम नू पुलिस ने 2 दिन के रिमांड ते लिया। पुलिस की गिरफ्त में आया शख्स है कबड्डी कोच जिसनू लुधियाना पुलिस ने नशे सने काबू किया है ते नशा भी हरोइन। पुलिस मुताबिक उन्हें रेलवे स्टेशन को नाकेबंदी की तलाशी अभियान दौरान एक कार नू रोकिया जिस विचों 5 ग्राम हेरोइन बरामद। रेलवे स्टेशन के पास नाकाबंदी कर रहे थे वहाँ पे एक गाड़ी आ रही थी स्विफ्ट कार जो नाका को देख के पीछे जाने लगी। जब वो जाने लगी पीछे भीड़ थी थोड़ी सी ट्रैफिक जाम हो गया। हमने शक की बिना पे उसको साथी कर्मचारी को घेर के काबू कर लिया उसको बाहर निकाला उसकी तलाशी ली उससे हमें 5 ग्राम हेरोइन बरामद। खुलासा होया है कि मुलजम का नाम सुखविंदर सिंह है अते मुलजम इंटरनेशनल कबड्डी कोच है ते पंजाब पुलिस का मुलाजम भी रह चुके पर नौकरी छड्डन तो बाद इटली गया अते हुण इस ते नशे की समगलिंग करने के इल्जाम ने। इंटरनेशनल कबड्डी कोच रहा हूँ पहले मैं पंजाब पुलिस में बतौर SPO भर्ती हुआ था उसके बाद मैं तरक्की नहीं हुई मेरी उसके बाद मैं चला गया था इटली। इटली वहाँ पे मैं वर्ल्ड कबड्डी कप की जो टीम पंजाब में आई थी 2 बार मैं वर्ल्ड कबड्डी कप की टीम लेके यहाँ आया था उसका मैं कोच था। बाकी इसकी हमने पेश किया है अदालत में जो भी इंक्वायरी चल रही है कि किससे माल लेके आता है सप्लाई करता है आगे और तकमील तो दी जा रही है। फिलहाल पुलिस ये पता करने की कोशिश कर रही है कि मुलजम कदों तो नशे की समगलिंग कर रहा है अते की ये इकल्ला ही समगलिंग करता है या इसके गिरोह च होर भी मैंबर शामिल ने। न्यूज डेस्क रिपोर्ट जी मीडिया। खबरदार विच अज दे लई इन्ना ही दिओ इजाजत।